ਸਤਿ ਸ਼੍ਰੀ ਅਕਾਲ ਜੀ, ਮੈਂ ਖੁਸ਼ਬੂ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਲੈ ਕੇ ਸ਼ੋਅ ਜਿਸਦਾ ਨਾਮ ਹੈ ਜ਼ਰਾ ਹਟ ਕੇ। ਇਸ ਸ਼ੋਅ ਦੇ ਵਿੱਚ ਤੁਹਾਡੇ ਲਈ ਉਹ ਗੱਲਾਂ ਲੈ ਕੇ ਆਈਆਂ ਜਾਂਦੀਆਂ ਨੇ ਜੋ ਹੁੰਦੀਆਂ ਹੀ ਬਿਲਕੁਲ ਅਲੱਗ ਨੇ, ਅਤੇ ਅੱਜ ਦਾ ਜੋ ਟੌਪਿਕ ਹੈ ਨਾ ਉਹ ਤਾਂ ਹੈ ਹੀ ਹਟ ਕੇ, ਕਿਉਂਕਿ ਅੱਜ ਦੀ ਗੱਲ ਸੁਣ ਕੇ ਤੁਹਾਡੇ ਵੀ ਹੋਸ਼ ਉੱਡਣ ਵਾਲੇ ਨੇ, ਕਿਉਂਕਿ ਗੱਲ ਹੀ ਅਜਿਹੀ ਹੈ। ਕੀ ਤੁਸੀਂ ਕਦੇ ਸੁਣਿਆ ਕਿ ਕਿਸੇ ਮੰਦਰ ਦੇ ਵਿੱਚ ਪੈਰ ਰੱਖਣ ਤੋਂ ਵੀ ਲੋਕ ਡਰਦੇ ਨੇ, ਅਤੇ ਇਸ ਡਰ ਦੀ ਵਜ੍ਹਾ ਵੀ ਕੁਝ ਅਜਿਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਚਲੋ ਹੁਣ ਜ਼ਿਆਦਾ ਸਮਾਂ ਨਾ ਗਵਾਈਏ ਅਤੇ ਵੱਧਦੇ ਹਾਂ ਇਸ ਟੌਪਿਕ ਦੇ ਵੱਲ। ਭਾਰਤ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਧਰਮ ਅਤੇ ਅਧਿਆਤਮ ਦਾ ਇੱਕ ਖਾਸ ਸੰਗਮ ਦੇਖਣ ਨੂੰ ਮਿਲਦਾ ਹੈ। ਭਾਰਤ ਦੇ ਵਿੱਚ ਬਹੁਤ ਸਾਰੇ ਚਮਤਕਾਰੀ ਮੰਦਰ ਵੀ ਮੌਜੂਦ ਨੇ ਜਿਨ੍ਹਾਂ ਦੇ ਰਹੱਸ ਦਾ ਅੱਜ ਤੱਕ ਕੋਈ ਪਤਾ ਨਹੀਂ ਲਗਾ ਸਕਿਆ। ਅਜਿਹੇ ਇੱਕ ਮੰਦਰ ਦੇ ਬਾਰੇ ਮੈਂ ਅੱਜ ਤੁਹਾਨੂੰ ਦੱਸਣ ਜਾ ਰਹੀ ਹਾਂ। ਆਮ ਤੌਰ 'ਤੇ ਹਰ ਖਾਸ ਮੰਦਰ ਦੇ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਆਉਂਦੇ ਨੇ, ਪਰ ਭਾਰਤ ਦੇ ਵਿੱਚ ਇੱਕ ਅਜਿਹਾ ਵੀ ਮੰਦਰ ਹੈ ਜਿੱਥੇ ਪੈਰ ਰੱਖਣ ਤੋਂ ਵੀ ਲੋਕ ਕਤਰਾਉਂਦੇ ਨੇ, ਅਤੇ ਇਸਦਾ ਕਾਰਨ ਵੀ ਬਹੁਤ ਅਲੱਗ ਹੈ। ਦਰਅਸਲ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਧਰਮਰਾਜ ਮੰਦਰ ਦੇ ਵਿੱਚ ਜਿੰਦਾ ਇਨਸਾਨ ਜਾਂਦਾ ਹੈ ਅਤੇ ਉਸਦੀ ਮੌਤ ਪੱਕੀ ਹੈ। ਆਖਿਰ ਅਜਿਹਾ ਕੀ ਹੈ ਜਿਸ ਦੇ ਚੱਲਦੇ ਜ਼ਿੰਦਾ ਲੋਕ ਇਸ ਮੰਦਰ ਦੇ ਵਿੱਚ ਪੈਰ ਤੱਕ ਨਹੀਂ ਰੱਖਦੇ? ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਇੱਕ ਅਜਿਹਾ ਚਮਤਕਾਰੀ ਮੰਦਰ ਜਿਸਦਾ ਦਰਸ਼ਨ ਕਰਨ ਤੋਂ ਵੀ ਕਤਰਾਉਂਦੇ ਨੇ ਸ਼ਰਧਾਲੂ। ਭਾਰਤ ਦੇ ਵਿੱਚ ਬਹੁਤ ਸਾਰੇ ਇਤਿਹਾਸਕ ਮੰਦਰ ਸਥਿਤ ਨੇ ਜਿਨ੍ਹਾਂ ਦੇ ਨਾਲ ਜੁੜੀ ਕੋਈ ਨਾ ਕੋਈ ਇਤਿਹਾਸਕ ਮਾਨਤਾ ਵੀ ਜ਼ਰੂਰ ਹੁੰਦੀ ਹੈ। ਭਾਰਤ ਦੇ ਵਿੱਚ ਇਹਨਾਂ ਮੰਦਰਾਂ ਦੇ ਵਿੱਚ ਦਰਸ਼ਨ ਪਾਉਣ ਦੇ ਲਈ ਦੁਨੀਆ ਭਰ ਦੇ ਲੋਕ ਆਉਂਦੇ ਨੇ ਅਤੇ ਆਪਣੀਆਂ ਮੁਰਾਦਾਂ ਮੰਗਦੇ ਨੇ। ਜਦੋਂ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਉਹ ਦੁਬਾਰਾ ਤੋਂ ਇਹਨਾਂ ਮੰਦਰਾਂ ਦੇ ਵਿੱਚ ਆਉਂਦੇ ਨੇ। ਪਰ ਭਾਰਤ ਦੇ ਵਿੱਚ ਇੱਕ ਅਜਿਹਾ ਵੀ ਮੰਦਰ ਮੌਜੂਦ ਹੈ ਜਿਸ ਦੇ ਦਰਸ਼ਨ ਤੇ ਛੱਡੋ ਕੋਈ ਵੀ ਇਨਸਾਨ ਇਸ ਮੰਦਰ ਦੀ ਦਹਿਲੀਜ਼ ਤੱਕ ਤੇ ਪੈਰ ਨਹੀਂ ਰੱਖਦਾ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਚੰਬਾ ਇਲਾਕੇ ਦੇ ਇੱਕ ਛੋਟੇ ਜਿਹੇ ਕਸਬੇ ਭਰਮੌਰ 'ਚ ਸਥਿਤ ਇੱਕ ਖਾਸ ਮੰਦਰ ਧਰਮਰਾਜ ਮੰਦਰ, ਯਾਨੀ ਕਿ ਮੌਤ ਦੇ ਦੇਵਤਾ ਦਾ ਮੰਦਰ। ਇਹ ਮੰਦਰ ਮੌਤ ਦੇ ਦੇਵਤਾ ਯਮਰਾਜ ਨੂੰ ਸਮਰਪਿਤ ਹੈ। ਇਹ ਮੰਦਰ ਧਰਮਰਾਜ ਦੇਖਣ 'ਚ ਬਿਲਕੁਲ ਹੀ ਇੱਕ ਘਰ ਦੀ ਤਰ੍ਹਾਂ ਲੱਗਦਾ ਹੈ। ਇਸ ਦੀ ਬਣਾਵਟ ਪੁਰਾਣੇ ਘਰਾਂ ਦੀ ਤਰ੍ਹਾਂ ਹੀ ਹੈ। ਇੱਥੇ ਆਉਣ ਵਾਲੇ ਲੋਕ ਧਰਮਰਾਜ ਮੰਦਰ ਦੇ ਵਿੱਚ ਆਉਣ ਤੋਂ ਵੀ ਕਤਰਾਉਂਦੇ ਨੇ ਅਤੇ ਸਿਰਫ ਬਾਹਰ ਤੋਂ ਹੀ ਉਹ ਨਤਮਸਤਕ ਹੋ ਕੇ ਵਾਪਸ ਚਲੇ ਜਾਂਦੇ ਨੇ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਦੇ ਲਈ ਫਰਿਆਦ ਕਰਦੇ ਨੇ। ਅਤੇ ਇਹ ਸਭ ਕਰਨ ਦੇ ਪਿੱਛੇ ਵਜ੍ਹਾ ਹੈ ਉਹਨਾਂ ਦਾ ਡਰ, ਜੋ ਕਿ ਬਿਲਕੁਲ ਜਾਇਜ਼ ਵੀ ਹੈ। ਤੇ ਉਹਨਾਂ ਦੇ ਡਰ ਦੀ ਵਜ੍ਹਾ ਵੀ ਅਜਿਹੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਯਕੀਨ ਕਰਨ ਦੇ ਲਈ ਮਜਬੂਰ ਹੋ ਹੀ ਜਾਂਦਾ ਹੈ। ਦਰਅਸਲ ਮਾਨਤਾਵਾਂ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਇਸ ਮੰਦਰ ਦੇ ਵਿੱਚ ਇੱਕ ਅਜਿਹਾ ਕਮਰਾ ਮੌਜੂਦ ਹੈ ਜੋ ਕਿ ਚਿਤ੍ਰਗੁਪਤ ਨੂੰ ਸਮਰਪਿਤ ਹੈ। ਜੀ ਹਾਂ, ਚਿਤ੍ਰਗੁਪਤ, ਜੋ ਕਿ ਯਮਰਾਜ ਯਾਨੀ ਕਿ ਮੌਤ ਦੇ ਦੇਵਤਾ ਦੇ ਸਹਾਇਕ ਸੀ। ਇੱਥੋਂ ਤੱਕ ਕਿ ਉਹ ਦੁਨੀਆ ਦੇ ਹਰ ਮਨੁੱਖ ਦੇ ਚੰਗੇ ਤੇ ਮਾੜੇ ਕਰਮਾਂ ਦਾ ਪੂਰਾ ਲੇਖਾ ਜੋਖਾ ਰੱਖਦੇ ਨੇ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਇਸ ਮੰਦਰ ਦੇ ਅੰਦਰ ਜੋ ਕਮਰਾ ਬਣਿਆ ਹੋਇਆ ਹੈ ਉੱਥੇ ਚਿਤ੍ਰਗੁਪਤ ਨੂੰ ਅੱਜ ਵੀ ਦੇਖਿਆ ਜਾਂਦਾ ਹੈ। ਇਹ ਮਾਨਤਾ ਹੈ ਕਿ ਜਦੋਂ ਵੀ ਕਿਸੇ ਵੀ ਇਨਸਾਨ ਦੀ ਮੌਤ ਹੁੰਦੀ ਹੈ ਤੇ ਯਮਰਾਜ ਦੇ ਦੂਤ ਸਭ ਤੋਂ ਪਹਿਲੇ ਉਸ ਆਦਮੀ ਦੀ ਆਤਮਾ ਨੂੰ ਇਸੇ ਮੰਦਰ ਦੇ ਵਿੱਚ ਚਿਤ੍ਰਗੁਪਤ ਦੇ ਸਾਹਮਣੇ ਪੇਸ਼ ਕਰਦੇ ਨੇ ਤੇ ਇਹ ਸਭਾ ਕਦੀ ਕਦੀ ਰਾਤ ਦੇ ਸਮੇਂ ਵੀ ਲੱਗਦੀ ਹੈ। ਚਿਤ੍ਰਗੁਪਤ ਇੱਥੇ ਆਉਣ ਵਾਲੀ ਆਤਮਾ ਨੂੰ ਉਸਦੇ ਕਰਮਾਂ ਦਾ ਪੂਰਾ ਬਿਓਰਾ ਦਿੰਦੇ ਨੇ ਤੇ ਇਸ ਦੇ ਬਾਅਦ ਇਹ ਚਿਤ੍ਰਗੁਪਤ ਦੇ ਬਿਲਕੁਲ ਸਾਹਮਣੇ ਵਾਲੇ ਕਮਰੇ 'ਚ ਆਤਮਾਵਾਂ ਨੂੰ ਲਿਜਾਇਆ ਜਾਂਦਾ ਹੈ, ਜਿਸ ਨੂੰ ਯਮਰਾਜ ਦੀ ਕਚਹਿਰੀ ਕਹਿੰਦੇ ਨੇ ਤੇ ਜੋ ਉਸ ਖਾਸ ਮੰਦਰ ਦਾ ਮੁੱਖ ਕਮਰਾ ਵੀ ਕਿਹਾ ਜਾਂਦਾ ਹੈ। ਲੋਕਾਂ ਦੇ ਕਹਿਣ ਦੇ ਮੁਤਾਬਕ ਤੇ ਹਿੰਦੂ ਪੁਰਾਣਾਂ ਦੇ ਵਿੱਚ ਵੀ ਇਹ ਗੱਲ ਨੂੰ ਦੱਸਿਆ ਗਿਆ ਕਿ ਇਸ ਮੰਦਰ ਦੇ ਵਿੱਚ ਚਾਰ ਅਦ੍ਰਿਸ਼ ਦਰਵਾਜ਼ੇ ਨੇ ਜੋ ਕਿ ਚਾਂਦੀ ਯਾਨੀ ਕਿ ਸਿਲਵਰ, ਸੋਨਾ ਯਾਨੀ ਕਿ ਗੋਲਡ, ਲੋਹਾ ਯਾਨੀ ਕਿ ਆਇਰਨ ਤੇ ਤਾਂਬਾ ਮਤਲਬ ਬ੍ਰੋਂਜ਼ ਯਾਨੀ ਕਿ ਚਾਰ ਵੱਖ ਵੱਖ ਧਾਤੂਆਂ ਦੇ ਬਣੇ ਹੋਏ ਨੇ। ਯਮਰਾਜ ਦੀ ਕਚਹਿਰੀ ਦੇ ਵਿੱਚ ਜਦੋਂ ਯਮਰਾਜ ਦਾ ਫੈਸਲਾ ਆਉਂਦਾ ਹੈ ਤੇ ਫਿਰ ਯਮਰਾਜ ਦੇ ਦੂਤ ਇਹਨਾਂ ਆਤਮਾਵਾਂ ਨੂੰ ਉਹਨਾਂ ਦੇ ਕਰਮਾਂ ਦੇ ਮੁਤਾਬਕ ਹੀ ਇਹਨਾਂ ਦਰਵਾਜ਼ਿਆਂ 'ਚੋਂ ਸਵਰਗ ਜਾਂ ਨਰਕ ਲੈ ਕੇ ਜਾਂਦੇ ਨੇ। ਗਰੁੜ ਪੁਰਾਣ 'ਚ ਵੀ ਯਮਰਾਜ ਦੇ ਦਰਬਾਰ ਦੀਆਂ ਚਾਰ ਦਿਸ਼ਾਵਾਂ ਦੇ ਚਾਰ ਦਰਵਾਜ਼ਿਆਂ ਦੇ ਬਾਰੇ ਦੱਸਿਆ ਗਿਆ ਹੈ। ਕਹਿੰਦੇ ਨੇ ਕਿ ਭਾਵੇਂ ਜਿੰਦਾ ਹਰ ਇਨਸਾਨ ਇੱਥੇ ਜਾਣਾ ਨਹੀਂ ਚਾਹੁੰਦਾ, ਪਰ ਮਰਨ ਤੋਂ ਬਾਅਦ ਆਤਮਾ ਨੂੰ ਸਭ ਤੋਂ ਪਹਿਲੇ ਇੱਥੇ ਹੀ ਲਿਆਇਆ ਜਾਂਦਾ ਹੈ। ਲੋਕਾਂ ਦੀ ਮਾਨਤਾ ਇਹ ਵੀ ਹੈ
ਕਿ ਜੇਕਰ ਕੋਈ ਇਸ ਮੰਦਰ ਦੇ ਵਿੱਚ ਜਾਂਦਾ ਹੈ ਤੇ ਉਹ ਸਿੱਧੇ ਤੌਰ ਤੇ ਖੁਦ ਆਪਣੀ ਮੌਤ ਦੇ ਵੱਲ ਜਾਂਦਾ ਹੈ। ਇਸੇ ਮਾਨਤਾ ਦੇ ਚੱਲਦੇ ਹੀ ਇਸ ਮੰਦਰ ਦੇ ਵਿੱਚ ਕੋਈ ਵੀ ਇੱਕ ਕਦਮ ਤੱਕ ਨਹੀਂ ਰੱਖ ਪਾਉਂਦਾ, ਕੋਈ ਵੀ ਇਸ ਮੰਦਰ ਦੇ ਦਰਸ਼ਨ ਅੰਦਰ ਜਾ ਕੇ ਨਹੀਂ ਕਰਦਾ ਤੇ ਇੱਥੋਂ ਤੱਕ ਕਿ ਇਸ ਮੰਦਰ ਦੇ ਵਿੱਚ ਜੋ ਪੁਜਾਰੀ ਹੈ ਉਹ ਵੀ ਬਸ ਸਵੇਰ ਦੇ ਸਮੇਂ ਹੀ ਮੰਦਰ ਦੇ ਦਰਵਾਜ਼ੇ ਖੋਲਦਾ ਹੈ ਤੇ ਉਹ ਵੀ ਸਿਰਫ ਬਾਹਰ ਤੋਂ ਹੀ ਮੱਥਾ ਟੇਕ ਕੇ ਵਾਪਸ ਆ ਜਾਂਦਾ ਹੈ। ਕਹਿੰਦੇ ਨੇ ਕਿ ਇਸ ਮੰਦਰ ਦੇ ਵਿੱਚ ਕੋਈ ਵੀ ਮੰਗੀ ਗਈ ਮੁਰਾਦ ਜ਼ਰੂਰ ਪੂਰੀ ਹੁੰਦੀ ਹੈ, ਪਰ ਮਾਨਤਾ ਇਹ ਵੀ ਹੈ ਕਿ ਇਸ ਮੰਦਰ 'ਚ ਜੇਕਰ ਕੋਈ ਮੌਤ ਤੇ ਜਿੱਤ ਪਾਉਣ ਦੇ ਲਈ ਇੱਛਾ ਜਤਾਉਂਦਾ ਹੈ ਤੇ ਇੱਥੇ ਉਸਦਾ ਉਲਟਾ ਵੀ ਪੈ ਸਕਦਾ ਹੈ। ਜਿਸ ਦੇ ਚੱਲਦੇ ਭਰਮੌਰ ਦਾ ਇਹ ਇਤਿਹਾਸਕ ਮੰਦਰ ਦੁਨੀਆਂ ਦੇ ਸਭ ਤੋਂ ਰਹੱਸਮਈ ਮੰਦਰਾਂ ਦੇ ਵਿੱਚੋਂ ਇੱਕ ਹੈ। ਸੋ ਇਹ ਤਾਂ ਸੀ ਸਾਰੀ ਦੁਨੀਆਂ ਦੇ ਵਿੱਚੋਂ ਅਲੱਗ ਮੰਦਰ ਧਰਮਰਾਜ ਮੰਦਰ ਦੀ ਰਹੱਸਮਈ ਕਹਾਣੀ। ਤੇ ਹੁਣ ਕੀ ਕਹਿਣਾ ਤੁਹਾਡਾ ਇਸ ਮੰਦਰ ਦੇ ਰਹੱਸ ਤੇ ਮਾਨਤਾ ਦੇ ਬਾਰੇ, ਸਾਨੂੰ ਸਾਡੇ ਕਮੈਂਟ ਬਾਕਸ 'ਚ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਫੇਸਬੁੱਕ ਪੇਜ ਯੂਨਾਈਟਿਡ ਐਨਰਾਈ ਪੋਸਟ ਨੂੰ ਫੋਲੋ ਜ਼ਰੂਰ ਕਰੋ। ਤੇ ਜੇਕਰ ਯੂਟਿਊਬ ਤੇ ਦੇਖ ਰਹੇ ਹੋ ਤਾਂ ਸਾਡੇ ਯੂਟਿਊਬ ਚੈਨਲ ਦ ਟੀਵੀ ਐਨਰਾਈ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਜੋ ਸਾਡੀ ਹਰ ਇੱਕ ਵੀਡੀਓ, ਹਰ ਇੱਕ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ।